ਦੀਵਾਨ ਸਾਹਿਬ ਤੁਹਾਡੇ ਬੇਟੇ ਨੇ ਕਿਹਾ ਹੈ ਕਿ ਉਹ ਇੰਡੀਪੈਂਡੈਂਟ ਚੋਣ ਲੜ ਸਕਦੇ ਆ, ਕਿ ਤੁਸੀਂ ਉਹਦੇ ਨਾਲ ਜਾਓ? ਪਰਿਵਾਰ ਨਹੀਂ ਤੋੜਿਆ ਜਾਂਦਾ ਰਾਜਨੀਤੀ ਵਾਸਤੇ, ਜੇ ਜਵਾਕ ਚੋਣ ਲੜਦਾ ਹੈ ਤਾਂ ਮਾਂ ਤੋਂ ਬਾਹਰ ਹੋਊਗਾ। ਪਹਿਲਾਂ ਚਿੱਠੀ ਵੀ ਲਿਖੀ ਸੀ, ਤਦ ਵੀ ਤੁਹਾਡੇ ਬਾਗੀ ਸੁਰ ਦੇਖਣ ਨੂੰ ਮਿਲੇ ਸੀਗੇ। ਇਹ ਤਾਂ ਪਾਰਟੀ ਚੱਲਦਾ ਰਹਿੰਦਾ। ਇਹ ਮੇਰਾ ਇਹ ਪਿਤਾ ਦਾ ਡਿਸੀਜ਼ਨ ਹੋਏਗਾ ਕਿ ਉਹ ਕੀ ਕਰਦੇ, ਤੁਹਾਡਾ ਡਿਸੀਜ਼ਨ ਕੀ ਹੋਏ? ਮੈਂ ਕੀ ਕਹਿ ਰਿਹਾ ਗੱਲ, ਉਹਨੇ ਚੋਣ ਲੜਨੀ ਹੈ, ਅਗਰ ਉਹ ਚੋਣ ਲੜਦਾ ਮੈਂ ਉਹਦੇ ਨਾਲ। ਸੰਗਰੂਰ ਸੀਟ ਤੋਂ ਕਾਂਗਰਸ ਵੱਲੋਂ ਕੇਵਲ ਢਿੱਲੋਂ ਨੂੰ ਸੀਟ ਦਿੱਤੀ ਗਈ ਹੈ, ਲੇਕਿਨ ਇਸ ਸੀਟ 'ਤੇ ਕਾਂਗਰਸ ਦੇ ਵਿਧਾਇਕ ਦੇ ਬੇਟੇ ਵੀ ਜਸਵਿੰਦਰ ਧੀਮਾਨ ਵੀ ਇੱਕ ਉਮੀਦਵਾਰ ਸੀਗੇ, ਲੇਕਿਨ ਉਹਨਾਂ ਨੂੰ ਟਿਕਟ ਨਹੀਂ ਮਿਲੀ, ਤਾਂ ਜਿਸ ਤੋਂ ਬਾਅਦ ਉਹਨਾਂ ਨੇ ਬਾਗੀ ਸੁਰ ਅਪਣਾਏ। ਸਾਡੇ ਨਾਲ ਸੁਰਜੀਤ ਸਿੰਘ ਧੀਮਾਨ ਨਾਲ ਗੱਲ ਕਰਦੇ ਹਾਂ। ਧੀਮਾਨ ਸਾਹਿਬ, ਤੁਹਾਡੇ ਬੇਟੇ ਨੇ ਕਿਹਾ ਹੈ ਕਿ ਉਹ ਇੰਡੀਪੈਂਡੈਂਟ ਚੋਣ ਲੜ ਸਕਦੇ ਆ, ਕਿ ਤੁਸੀਂ ਉਹਦੇ ਨਾਲ ਜਾਓਗੇ? ਇਹ ਜਿੱਥੇ ਜੇ ਪੈ ਜੇ ਨਾ, ਜਿੱਥੇ ਜੇ ਪੈ ਜੇ, ਉਹ ਗੱਲ ਗਾਂ ਤੋਰਨ ਦਾ ਫਾਇਦਾ ਨਹੀਂ ਹੁੰਦਾ। ਠੀਕ ਹੈ, ਜਦੋਂ ਲੜੂਗਾ ਉਦੋਂ ਦੇਖਾਂਗੇ। ਪਰ ਤੁਸੀਂ ਉਹਦੇ ਨਾਲ ਹੋ? ਮੈਂ ਆਖਿਆ ਪਰਿਵਾਰ ਨਹੀਂ ਤੋੜਿਆ ਜਾਂਦਾ ਰਾਜਨੀਤੀ ਵਾਸਤੇ, ਜੇ ਜਵਾਕ ਚੋਣ ਲੜਦਾ ਹੈ ਤਾਂ ਮਾਂ ਤੋਂ ਬਾਹਰ ਹੋਊਗਾ। ਤੁਹਾਡੀ ਨਾਰਾਜ਼ਗੀ ਹੈਗੀ ਹੈ ਪਾਰਟੀ 'ਚ? ਮੇਰੀ ਕਹਿੰਦੀ ਰਾਜਗੀ, ਮੇਰਾ ਹਲਕਾ ਫਤਿਹਗੜ੍ਹ ਸਾਹਿਬ ਹੈ, ਅਮਰਗੜ੍ਹ ਮੇਰਾ ਹਲਕਾ, ਉਹ ਫਤਿਹਗੜ੍ਹ 'ਚ ਪੈਂਦਾ, ਉਹ ਸੰਗਰੂਰ ਹੈ, ਉਹਨੇ ਕਹਿੰਦੇ ਸੰਗਰੂਰ ਤੋਂ ਚੋਣ ਲੜਨੀ ਹੈ, ਮੇਰੀ ਕਹਿੰਦੀ ਨਾਰਾਜ਼ਗੀ, ਮੇਰੀ ਤਾਂ ਕਦੇ ਨਾਰਾਜ਼ਗੀ ਹੋਈ ਓ ਨਹੀਂ। ਪਰ ਤੁਸੀਂ ਪਹਿਲਾਂ ਚਿੱਠੀ ਵੀ ਲਿਖੀ ਸੀ, ਤਦ ਵੀ ਤੁਹਾਡੇ ਬਾਗੀ ਸੁਰ ਦੇਖਣ ਨੂੰ ਮਿਲੇ ਸੀਗੇ? ਇਹ ਤਾਂ ਪਾਰਟੀ 'ਚ ਚੱਲਦਾ ਰਹਿੰਦਾ। ਧੀਮਾਨ ਸਾਹਿਬ, ਇੱਕ ਕਲੀਅਰ ਕਰੋ, ਕਿਉਂਕਿ ਤੁਹਾਡਾ ਬੇਟਾ ਕਹਿੰਦਾ ਕਿ ਇਹ ਮੇਰਾ ਪਿਤਾ ਦਾ ਡਿਸੀਜ਼ਨ ਹੋਏਗਾ ਕਿ ਉਹ ਕੀ ਕਰਦੇ, ਤੁਹਾਡਾ ਡਿਸੀਜ਼ਨ ਕੀ ਹੋਏ? ਮੈਂ ਕੀ ਕਹਿ ਰਿਹਾ ਗੱਲ, ਉਹਨੇ ਚੋਣ ਲੜਨੀ ਹੈ, ਅਗਰ ਉਹ ਚੋਣ ਲੜਦਾ ਮੈਂ ਉਹਦੇ ਨਾਲ। ਬਿਲਕੁਲ, ਤੁਸੀਂ ਸੁਣਿਆ ਹੈ ਸੁਰਜੀਤ ਧੀਮਾਨ ਜਿਹੜੇ ਕਿ ਇਸ਼ਾਰਿਆਂ ਦੇ ਵਿੱਚ ਸਾਫ਼ ਤੌਰ 'ਤੇ ਕਹਿ ਗਏ ਨੇ ਕਿ ਅਗਰ ਇਹਨਾਂ ਦਾ ਬੇਟਾ ਜਸਵਿੰਦਰ ਧੀਮਾਨ ਇੰਡੀਪੈਂਡੈਂਟ ਤੌਰ 'ਤੇ ਅਗਰ ਚੋਣ ਲੜਦਾ ਹੈ ਤਾਂ ਇਹ ਉਹਦੇ ਨਾਲ ਉਹਦਾ ਪ੍ਰਚਾਰ ਕਰਨਗੇ। ਹਾਲਾਂਕਿ ਸਿੱਧੇ ਤੌਰ 'ਤੇ ਤਾਂ ਨਹੀਂ ਕਿਹਾ, ਲੇਕਿਨ ਇਹਨਾਂ ਨੇ ਸਾਫ਼ ਇਸ਼ਾਰਿਆਂ ਦੇ ਵਿੱਚ ਕਹਿ ਦਿੱਤਾ ਕਿ ਰਾਜਨੀਤੀ ਲਈ ਪਰਿਵਾਰ ਨਹੀਂ ਤੋੜਿਆ ਜਾਂਦਾ, ਤਾਂ ਇਹਦਾ ਮਤਲਬ ਸਾਫ਼ ਹੈ ਕਿ ਅਗਰ ਇਹਨਾਂ ਦਾ ਬੇਟਾ ਬਾਗੀ ਹੁੰਦਾ ਹੈ, ਕਿਉਂਕਿ ਇਹ ਕਾਂਗਰਸ ਵੱਲੋਂ ਸੰਗਰੂਰ ਸੀਟ ਤੋਂ ਕੇਵਲ ਢਿੱਲੋਂ ਨੂੰ ਉਮੀਦਵਾਰ ਉਤਾਰਿਆ ਗਿਆ, ਜਿਸ ਦਾ ਵਿਰੋਧ ਉਹਦੇ ਬੇਟੇ ਵੱਲੋਂ ਖੁੱਲ੍ਹ ਕੇ ਕੀਤਾ ਗਿਆ, ਅਤੇ ਅੱਜ ਇਹਨਾਂ ਵੱਲੋਂ ਵੀ ਸਾਫ਼ ਕਰ ਦਿੱਤਾ ਗਿਆ ਹੈ ਕਿ ਅਗਰ ਉਹ ਇੰਡੀਪੈਂਡੈਂਟ ਚੋਣ ਲੜਦਾ ਹੈ ਤਾਂ ਇਹ ਆਪਣੇ ਬੇਟੇ ਦੇ ਸਾਥ ਹੀ ਜਾਣਗੇ। ਚੰਡੀਗੜ੍ਹ ਤੋਂ ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ ਟੀਵੀ। ਜੇਕਰ ਤੁਹਾਡੇ ਆਸ ਪਾਸ ਹੋ ਰਹੀ ਹੈ ਚੋਣ ਜ਼ਾਬਤੇ ਦੀ ਉਲੰਘਣਾ ਜਾਂ ਫਿਰ ਵਾਪਰ ਰਹੀ ਹੈ ਕੋਈ ਵੱਡੀ ਘਟਨਾ, ਤਾਂ ਚੱਕੋ ਮੋਬਾਈਲ ਅਤੇ ਦੈਨਿਕ ਸਵੇਰਾ ਦੇ ਇਸ ਮੋਬਾਈਲ ਨੰਬਰ 'ਤੇ ਦਿਓ ਪੂਰੀ ਜਾਣਕਾਰੀ। ਦੈਨਿਕ ਸਵੇਰਾ ਬਣੇਗਾ ਤੁਹਾਡੀ ਆਵਾਜ਼ ਅਤੇ ਨਸ਼ਰ ਕਰੇਗਾ ਤੁਹਾਡੀ ਹਰ ਸਮੱਸਿਆ। ਇਸ ਦੇ ਨਾਲ ਹੀ ਲੋਕ ਸਭਾ 2019 ਦੀ ਹਰ ਅਪਡੇਟ ਦੇਖਣ ਦੇ ਲਈ ਸਬਸਕ੍ਰਾਈਬ ਕਰੋ ਦੈਨਿਕ ਸਵੇਰਾ ਦਾ ਆਫੀਸ਼ੀਅਲ ਯੂਟਿਊਬ ਚੈਨਲ, ਅਤੇ ਲਾਈਕ ਕਰੋ ਦੈਨਿਕ ਸਵੇਰਾ ਦਾ ਆਫੀਸ਼ੀਅਲ ਫੇਸਬੁੱਕ ਪੇਜ। ਪੇਜ ਨੂੰ ਲਾਈਕ ਕਰਨ ਦੇ ਲਈ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਲਈ ਡਿਸਕ੍ਰਿਪਸ਼ਨ 'ਚ ਦਿੱਤੇ ਲਿੰਕ 'ਤੇ ਕਰੋ ਕਲਿੱਕ, ਅਤੇ ਤੁਰੰਤ ਪਾਓ ਇਹਨਾਂ ਚੋਣਾਂ ਦੀ ਹਰ ਜਾਣਕਾਰੀ।